ਜਦੋਂ ਅਸੀਂ ਪਰਮੇਸ਼ਰ ਦੇ ਰਾਹਾਂ ਤੋਂ ਭਟਕ ਜਾਂਦੇ ਆ ਫਿਰ ਉਹਦਾ ਹੱਕ ਆ ਜਾਂਦਾ ਸਾਡੀ ਜ਼ਿੰਦਗੀ ਤੇ ਸਾਨੂੰ ਤਬਾਹ ਕਰਨ ਦੇ ਲਈ ਪਰ ਯਿਸੂ ਮਸੀਹ ਨੇ ਕਿਹਾ ਚੋਰ ਆਉਂਦਾ ਚੋਰੀ ਕਰਨ ਮਾਰਨ ਘਾਤ ਕਰਨ ਤੇ ਲੁੱਟਣ ਤੇ ਨਾਸ਼ ਕਰਨ ਪਰ ਯਿਸੂ ਮਸੀਹ ਨੇ ਕਿਹਾ ਮੈਂ ਆਇਆ ਤਾਂ ਕਿ ਤੁਹਾਨੂੰ ਜੀਵਨ ਦਵਾਂ ਐਂਡ ਸਦੀਪਕ ਆਲ ਦਾ ਜੀਵਨ ਦਵਾਂ ਹਾਲੇਲੂਇਆ ਕਿੰਨਿਆਂ ਨੇ ਸਦੀਪਕ ਆਲ ਦਾ ਜੀਵਨ ਪਾਇਆ ਸਭ ਹੱਥਾਂ ਦਿਖਾਓ ਇਸ ਸਦੀਪਕ ਆਲ ਦੇ ਲਈ ਅਸੀਂ ਪਰਮੇਸ਼ਰ ਦੀ ਤਾਰੀਫ ਕਰਦੇ ਹਾਂ ਜ਼ੋਰ ਨਾਲ ਤਾਰੀਫ ਕਰੋ ਮੈਨੂੰ ਬੜਿਆ ਰਾਜਿਆਂ ਦੀ ਲੋਕ ਆਕਾਸ਼ ਬਣਿਆ ਧਰਤੀ ਬਣੀ ਜੇ ਸੋਚ ਕੇ ਦੇਖੋ ਸਾਇੰਟਿਫਿਕ ਤਰੀਕੇ ਨਾਲ ਕਿੰਨੇ ਅਦਭੁਤ ਤਰੀਕੇ ਨਾਲ ਬਣਾਏ ਗਏ ਕਹਿੰਦੇ ਯੂਨੀਵਰਸ ਵਿੱਚ ਧਰਤੀ ਹੈ ਅਤੇ ਧਰਤੀ ਦੇ ਕੋਈ ਖੰਭਾ ਨਹੀਂ ਲੱਗਾ ਕਿਤੇ ਕਿਸੇ ਸਪੋਰਟ ਨਾਲ ਨਹੀਂ ਖੜੀ ਇਹ ਜਸਟ ਪਰਮੇਸ਼ਰ ਦੀ ਕੁਦਰਤ ਹੈ ਉਹਨੇ ਉਹਨੂੰ ਠਹਿਰਾਇਆ ਉਹਦੇ ਹੁਕਮ ਨਾਲ ਚੱਲ ਰਹੀ ਹੈ ਸੂਰਜ ਆਪਣੀ ਜਗ੍ਹਾ ਤੇ ਠਹਿਰਿਆ ਉਨਾ ਸੇਕ ਦਿੰਦਾ ਜਿੰਨੀ ਲੋੜ ਹੈ ਚੰਦ ਆਪਣੀ ਜਗ੍ਹਾ ਠਹਿਰਿਆ ਇਹ ਪਰਮੇਸ਼ਰ ਨੇ ਸਾਨੂੰ ਬਣਾਇਆ ਆਪਾਂ ਉਹਦੇ ਬਣਤਰ ਤੇ ਉਹਦੇ ਇਮੇਜ ਤੇ ਬੜੇ ਹੋਏ ਆ ਹਾਲੇਲੂਇਆ ਅਗਰ ਤੁਹਾਨੂੰ ਕੋਈ ਕਹਿੰਦਾ ਤੁਸੀਂ ਸਹੀ ਨਹੀਂ ਆ ਗਲਤ ਆ ਤੁਹਾਡੇ ਤੇ ਕੋਈ ਉਂਗਲ ਚੁੱਕਦਾ ਤੁਹਾਨੂੰ ਬੁਰਾ ਕਹਿੰਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਜੀਸਸ ਲਵਸ ਯੂ ਉਹ ਤੁਹਾਨੂੰ ਬਹੁਤ ਪਿਆਰ ਕਰਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕੀ ਗੁਨਾਹ ਕੀਤਾ ਕਹਿੰਦਾ ਤੇਰੇ ਗੁਨਾਹ ਬੀਤੀ ਹੋਈ ਗੱਲ ਹੋ ਗਈ ਤੇਰਾ ਪਾਸਟ ਇੱਕ ਬੀਤੀ ਹੋਈ ਗੱਲ ਹੋਊਗਾ ਉਹ ਸੁਸਾਈਡਲ ਅਟੈਕ ਉਹ ਡਿਪਰੈਸ਼ਨ ਜਿੱਥੇ ਤੁਸੀਂ ਫਸੇ ਆ ਅੱਜ ਤੁਹਾਨੂੰ ਆਜ਼ਾਦ ਕਰਨਾ ਚਾਹੁੰਦਾ ਹਾਲੇਲੂਇਆ ਜਿੰਨੇ ਨੇ ਆਜ਼ਾਦੀ ਪਾਈ ਆਪਣੇ ਹੱਥ ਦਿਖਾਓ ਇਹ ਆਜ਼ਾਦੀ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਐਂਟਰ ਕਰਿਆ ਮਿਲੀ ਨਵੀਂ ਜ਼ਿੰਦਗੀ ਸਭ ਨੂੰ ਸੁਣਾਵਾਂਗੇ ਗਲੀਆਂ ਬਾਜ਼ਾਰਾਂ ਵਿੱਚ ਉੱਚੀ ਉੱਚੀ ਗਾਵਾਂਗੇ ਮਿਲੀ ਨਵੀਂ ਜ਼ਿੰਦਗੀ ਤਜ਼ਰਬੇ ਦੀ ਬਾਤ ਆਪਣੇ ਲਹੂ ਦੀ ਕੀਤੀ ਮੇਰੇ ਉੱਤੇ ਛਾਪੇ ਆਪਣੇ ਲਹੂ ਦੀ ਕੀਤੀ ਮੇਰੇ ਉੱਤੇ ਛਾਪੇ ਦਿਲ ਤਬਦੀਲ ਕੀਤਾ ਯਿਸੂ ਮੇਰਾ ਆਪੇ ਆਪਣੇ ਲਹੂ ਦੀ ਕੀਤੀ ਮੇਰੇ ਉੱਤੇ ਛਾਪੇ ਆਪਣੇ ਲਹੂ ਦੀ ਕੀਤੀ ਮੇਰੇ ਉੱਤੇ ਛਾਪੇ ਮੈਨੇ ਸਦਾ ਤੇਰਾ ਨਾਮ ਲਿਆ ਐ ਮੇਰੇ ਖੁਦਾ ਐ ਮੇਰੇ ਖੁਦਾ ਪਰਮੇਸ਼ਰ ਅੱਜ ਮੇਰੀ ਦੁਆ ਹੈ ਪ੍ਰਭੂ ਇਹਨਾਂ ਲੋਕਾਂ ਦੇ ਲਈ ਜਿਹੜੇ ਦੁਖੀ ਆ ਲਾਚਾਰ ਆ ਬਿਮਾਰ ਆ ਜਿਹੜੇ ਅੰਦਰੋਂ ਅੰਦਰ ਮਰ ਰਹੇ ਆ ਜਦੋਂ ਲੱਕੜ ਨੂੰ ਘੁਣ ਲੱਗਦਾ ਕਿਤੇ ਉਹ ਦਿਖਦਾ ਨਹੀਂ ਪਰ ਉਹ ਅੰਦਰੋਂ ਅੰਦਰ ਕੁਛ ਹੁੰਦਾ ਸੋ ਪਰਮੇਸ਼ਰ ਨੇ ਸਾਨੂੰ ਬਚਾਇਆ ਆਪਾਂ ਬਚੇ ਹਾਂ ਤੇ ਆਪਾਂ ਆਪਣੇ ਤੱਕ ਆਜ਼ਾਦੀ ਰੱਖਣੀ ਆਪਾਂ ਦੂਜੇ ਤੱਕ ਵੀ ਲੈ ਕੇ ਜਾਣੀ ਆਮੇਨ ਮੈਨੇ ਸਦਾ ਤੇਰਾ ਨਾਮ ਲਿਆ ਹੈ ਮੇਰੇ ਖੁਦਾ ਹੈ ਮੇਰੇ ਖੁਦਾ ਮੈਨੇ ਸਦਾ ਤੇਰਾ ਨਾਮ ਲਿਆ ਹੈ ਮੇਰੇ ਖੁਦਾ ਹੈ ਮੇਰੇ ਖੁਦਾ ਤੇਰੀ ਨਜ਼ਾ ਕੋ ਮੈਂ ਦੇਖ ਲਿਆ ਭੁੱਲਾਂਗਾ ਹਾਲੇਲੂਇਆ ਹੋ
ਲਾਈਵ ਜੁੜਿਆ ਤੇ ਲਾਈਵ ਨੂੰ ਜਰੂਰ ਸ਼ੇਅਰ ਕਰੋ ਬ੍ਰੈਂਟਨ ਦੇ ਵਿੱਚ ਖੁਦਾ ਦੇ ਬੱਚੇ ਇੱਥੇ ਇਕੱਠੇ ਹੋਏ ਆ ਖੁਦਾ ਦੀ ਮਹਿਮਾ ਕਰਨ ਦੇ ਲਈ ਪਲੀਜ਼ ਲਾਈਵ ਨੂੰ ਸ਼ੇਅਰ ਕਰੋ ਹੋਰਾਂ ਨੂੰ ਵੀ ਦੱਸੋ ਜੀਸਸ ਦੀ ਗੁੱਡ ਨਿਊਜ਼ ਪਹੁੰਚਾਓ ਹਾਲੇਲੂਇਆ
ਸਾਡੇ ਨਾਲ ਜੁੜੇ ਰਹੋ।